ਉਹ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜਿੰਨੇ ਮੇਰੇ ਸਬਸਕ੍ਰਾਈਬਰ ਨੇ ਠੀਕ ਠਾਕ ਤੈਅ ਦਾ ਤੁਹਾਡਾ ਧੰਨਵਾਦ ਕਰਦਾ ਸ਼ੌਕ ਟੈਕਨੋਲੋਜੀ ਮਨ ਜਰਮਨੀ ਤੋਂ ਜਿੰਨੇ ਵੀ ਮੇ ਨਾਲ ਜੁੜੇ ਹੋਏ ਨੇ ਤੇ ਵੀਡੀਓ ਲੇਟ ਹੋ ਜਾਂਦੀ ਆ ਟਾਈਮ ਨਹੀਂ ਹੁੰਦਾ ਠੀਕ ਆ ਤੇ ਥੈਂਕ ਯੂ ਤੁਹਾਡਾ ਸਾਨਿਆਂ ਦਾ ਤੇ ਬਾਕੀ ਤੁਹਾਨੂੰ ਪਤਾ ਹੁਣ ਆਪਣੇ ਬਾਦਲ ਸਾਹਿਬ ਕਹਿੰਦੇ ਅਕਾਲ ਚਲਾਣਾ ਕਰ ਗਏ ਠੀਕ ਨੇ ਮੈਨੂੰ ਅਫਸੋਸ-ਸਾਸ ਨਹੀਂ ਕਰਨ ਆਉਂਦਾ ਭਾਈ ਸਾਹਿਬ ਸਿੱਧੀ ਮੈਂ ਗੱਲ ਦੱਸ ਦਿੰਨਾ ਤੇ ਨਾਮ ਕਦੇ ਰੋਏ ਹੀ ਸਾਡਾ ਰਸਤੇ ਦਾ ਭਾਵੇਂ ਗੱਡੀ ਗੁੱਡੀ ਛੱਡ ਜਵੇ ਮੈਨੂੰ ਪਤਾ ਵੀ ਇਹਨੇ ਜਾਣਾ ਇਆ ਕੀ ਕਰ ਸਕਦੀਆਂ ਠੀਕ ਹੈ ਮੈਂ ਐਵੇਂ ਕੋਲ ਬੈਠਾ ਉਹਨਾਂ ਦੇ ਐਵੇਂ ਹਾਈ ਹਾਈ ਕਰੀ ਜਾਮਾ ਠੀਕ ਨਹੀਂ ਹੁੰਦਾ ਠੀਕ ਹੈ ਚਲੋ ਫਿਰ ਵੀ ਸੀਐਮ ਸਾਹਿਬ ਸੀ ਚਾਰ ਵਾਰੀ ਰਹੇ ਆਪਣੇ ਪੰਜਾਬ ਦੇ ਤੇ 95 ਮੈਨੂੰ ਮਾਰਿਆ 95 ਜੀਅਰ ਹੋਲਡ ਸੀਗਾ ਹਾਂ ਇੰਨੀ ਕੀ ਉਮਰ ਸੀ ਉਹਨਾਂ ਦੀ ਤੇ ਅਕਾਲ ਚਲਾਣਾ ਕਰ ਗਿਆ ਕਰਨਾ ਹੀ ਪੈਣਾ ਇੱਥੇ ਬੈਠੇ ਦਾ ਰਹਿਣਾ ਹੀ ਨਗਾ ਠੀਕ ਹੈ ਹਨ ਰੱਬ ਨੇ ਭੇਜਿਆ ਸਾਨੂੰ ਲੈ ਕੇ ਵੀ ਉਹਨੇ ਜਾਣਾ ਹੈ ਤੇ ਚਲੇ ਗਿਆ ਤੇ ਸਾਰੇ ਪੰਜਾਬ ਨੂੰ ਯਾਨੀ ਕਿ ਦੋਖ ਖੁਦਾਰਦ ਹੋਇਆ ਆ ਤੇ ਕਈ ਸਾਲੇ ਮੇਰੇ ਖੁਸ਼ੀਆਂ ਮਨਾਉਂਦੇ ਨੇ ਬਈ ਇਹਨੇ ਪੰਜਾਬ ਲਈ ਕੀਤਾ ਕੀ ਕੀਤਾ ਤਾਂ ਕਿਸੇ ਨੇ ਵੀ ਹੈ ਨੀਕਾ ਜੇ ਤੁਸੀਂ ਕਹੋ ਸਾਨੂੰ 2-2 ਲੱਖ 5-5 10 ਲੱਖ ਡਾਲਰ ਭੇਜੋ ਸਾਡੇ ਅਕਾਊਂਟ ਵਿੱਚੋਂ ਕਿਸੇ ਨੇ ਨਹੀਂ ਪਾਉਣਾ ਮੇਤੋ ਛੋਟ ਠੀਕ ਨੇ ਉਹ ਪੁਲੇਖਾ ਦੇ ਕੱਢਦੇ ਹੋ ਤੇ ਖੁਸ਼ੀਆਂ ਖਾਸ਼ੀਆਂ ਮਨਾਉਣ ਦਾ ਤੁਹਾਨੂੰ ਕੀ ਕੰਮ ਹੈ ਤੁਸੀਂ ਸਾਰੇ ਹੁੰਦੇ ਹਰਾਮ ਦੀਆਂ ਲਾਦਾਂ ਆ ਤੁਹਾਡੇ ਪੇ ਵੀ ਹਰਾਮ ਦੇ ਤੁਹਾਡੇ ਬਾਪੇ ਵੀ ਤੁਸੀਂ ਵੀ ਘੁੱਸੇ ਜਿਹੇ ਹੁੰਦੇ ਆ ਲੱਡੂ ਵੀ ਬੰਨਦੇ ਸੋਨੇ ਦੇਖਿਆ ਠੀਕ ਹੈ ਕਿ ਨਹੀਂ ਚਲੋ ਕਰੋ ਆਪਣਾ ਕੰਮ ਜਿਹੜਾ ਕਰਦੇ ਠੀਕ ਹੈ ਕਿ ਨਹੀਂ ਤੇ ਬਾਕੀ ਬਾਦ ਸਾਹਿਬ ਜਿੰਨਾ ਕੰਮ ਕੀਤਾ ਉਹਨੇ ਸਹੀ ਕੀਤਾ ਜੋ ਉਹਨਾਂ ਨੇ ਕੰਮ ਕਰਦੇ ਸੀਗੇ ਸਹੀ ਕਰੀ ਜਾਂਦੇ ਸੀ ਠੀਕ ਹੈ ਕਿ ਨਹੀਂ ਜਾਣਾਂ ਤਾਂ ਪੈਣਾ ਹੀ ਇੱਕ ਦਿਨ ਠੀਕ ਹੈ ਉਹ ਪਹੁੰਚ ਗਏ ਆ ਤੋੜਾ ਸਾਹਿਬ ਉੱਥੇ ਜਿੱਥੇ ਲੋਂਗੋ ਆਲ ਗਏ ਹੋਰ ਲੋਂਗੋ ਵਾਲ ਸਾਹਿਬ ਵੀ ਹੁੰਦੇ ਸੀ ਹਨ ਤੇ ਉਹ ਵੀ ਚਲੇ ਗਏ ਕਈ ਇਹ ਤੇ ਯਾਰ ਦੋਸਤ ਪਹੁੰਚੇ ਉੱਤੇ ਉੱਥੇ ਜਾਣਾ ਹੋਰ ਕਿੱਥੇ ਜਾਣਾ ਹੈ ਬੰਦੇ ਨੇ ਲੈ ਵੀ ਸਾਨੂੰ ਬੇਕੂ ਬਣਾਈ ਜਾਂਦੇ ਨੇ ਆਹ ਹੁੰਦਾ ਵਾ ਨਹੀਂ ਹੁੰਦਾ ਉਹ ਜਿੱਥੇ ਬੰਦਾ ਜਾਂਦਾ ਹੈ ਇੱਕੋ ਜਗ੍ਹਾ ਤੇ ਜਾਂਦਾ ਠੀਕ ਨੇ ਤੇ ਬੰਦੇ ਨੇ ਬੰਦੇ ਦੇ ਰੂਪ ਵਿੱਚ ਰਹਿਣੇ ਨੇ ਬੰਦੇ ਦਾ ਰੂਹ ਸਾਡੀ ਜਨਾਨੀ ਚ ਫਿੱਟ ਕਰ ਦਵੇ ਰੱਬ ਤੇ ਜਾਨ ਉਹ ਜਾਨ ਵਰਚ ਪਾ ਦੇ ਕਿਸੇ ਮਰਸੀਡੀਜ਼ ਦਾ ਪੁਰਜਾ BMW AUDI ਦੇ ਫਿੱਟ ਨਹੀਂ ਹੁੰਦਾ ਕਦੇ ਵੀ ਉੱਚੇ ਹੋਵੇਗਾ ਠੀਕ ਹੈ ਇਹ ਭਲੇਖਾਈ ਆ ਤੁਹਾਨੂੰ ਤੇ ਚਲੋ ਕੋਈ ਗੱਲ ਨਹੀਂ ਪਹੁੰਚ ਗਏ ਸਾਰਿਆਂ ਨੇ ਉੱਥੇ ਜਾਣਾ ਹੈ ਠੀਕ ਹੈ ਨਹੀਂ ਅਸੀਂ ਰੱਬ ਦੇ ਕੰਮ ਦੇ ਵਿੱਚ ਬਹਿਗਣ ਨਹੀਂ ਪਾ ਸਕਦੇ ਤੇ ਚਲੋ ওকে ਥੈਂਕ ਯੂ ਰੱਬ ਦਾ ਵੀ ਥੈਂਕ ਯੂ ਕਰਦਾ ਭਾਈ ਇਹਨੂੰ ਚੰਗੀ ਜਗ੍ਹਾ ਤੇ ਦੇਓ ਭੇਜਿਓ ਠੀਕ ਹੈ ਕਿ ਨਹੀਂ ਬਾਕੀ ਉੱਥੇ ਸੀਐਮ ਅਕਾਲੀ ਬੁੱਲੀ ਪਹੁੰਚੇ ਹੋ ਬਥੇਰੇ ਪਾਰਟੀਆਂ ਫੋਟੀਆਂ ਬਣੀ ਜਾਣਗੀਆਂ ਤੇ ਚਲੋ ਕੀ ਕਰ ਸਕਦੇ ਆ ਥੈਂਕ ਯੂ ਜੀ ਠੀਕ ਨੇ ਹੋਰ ਬਾਕੀ ਇਦਾਂ ਨੂੰ ਆ ਜਾਓ ਆਪਣੇ ਆਪ ભગવાન ਤਮਨ ਸਾਹਿਬ ਇਹ ਪਹਿਲਾਂ ਕਹਿੰਦਾ ਸੀ ਮੈਂ ਜਿਹਨੇ ਕੈਨੇਡਾ ਤੋਂ ਬੰਦੇ ਗਏ ਉਹ ਉੱਥੋਂ ਵਾਪਸ ਮਗਾ ਲੂੰਗਾ ਠੀਕ ਹੈ ਕਿ ਨਹੀਂ ਕੋਈ ਅਜੇ ਤੱਕ ਆਇਆ ਤਾਂ ਹੈ ਨਹੀਂਗਾ ਤੁਹਾਡੇ ਸਾਹਮਣੇ ਤੇ ਇੱਕ ਯੂਕਰੇਨ ਦਾ ਪ੍ਰੈਜ਼ੀਡੈਂਟ ਹੈ ਉਹ ਵੀ ਆਪਣਾ ਕਮੇਡੀਅਨ ਹੈਗਾ ਤੇ ਇੱਕ ਇਹ ਪੰਜਾਬ ਦਾ ਸੀਐਮ ਇਹ ਵੀ ਕਮੇਡੀਅਨ ਹੈਗਾ ਇਹ ਦੋਨੋਂ ਸਾਰੇ ਘੂਸੇ ਦੋਨਾਂ ਨੇ ਜਾਣੀਗਾ ਉਹਨੇ ਯੂਕਰੇਨ ਤਬਾਹ ਕਰਕੇ ਰੱਖ ਦਿੱਤਾ ਇਹਨੇ ਪੰਜਾਬ ਪੂਰਾ ਤਬਾਹੀ ਤੇ ਲਿਆਂਦਾ ਪਿਆ ਕੰਮ ਕੀ ਕੀਤਾ ਇਹਨੇ ਕੱਲੇ ਆਹ ਕਰਦੇਗਾ ਇੱਕ ਕੰਦਾ ਸ਼ ਤੇ ਕਰੋ 36 ਲੱਖ ਕਰੋੜ ਦਾ ਮੈਂ ਕਾਰਜਾ ਇੱਕ ਸਾਲ ਚ ਲਾਹਤਾ ਨਾ ਉਹ ਕੈਪਟਨ ਤੋਂ ਲੈਥਿਆ ਤੇ ਨਾ ਬਾਦ ਤੋਂ ਲੈਥਿਆ ਪੰਜਾਂ ਸਾਲਾਂ ਵਿੱਚ ਉਹਨਾਂ ਕੋ ਪੰਜਾਂ ਸਾਲਾਂ ਵਿੱਚ ਵਧੇ ਆਈ ਆ ਤੇ ਇਹਨੇ ਆ ਸਾਲ ਦੇ ਵਿੱਚ ਜਾਨੀ ਕਿ 36 ਲੱਖ ਕਰੋੜ ਦਾ ਕਾਰਜਾ ਪੰਜਾਬ ਤੋਂ ਲਾਹਤਾ ਤੇ ਬੰਦੇ ਸਾਰੇ ਹੀ ਕਹਿੰਦੇ ਨੇ दारू ਲਾਣ ਨਾਲ ਜਿਆ ਰਹਿੰਦਾ ਬਾਕੀ ਠੀਕ ਆ ਵੀ ਲਾਣ ਪੀ ਕੇ ਗੱਲਾਂ ਕਰਦਾ ਆ ਹੂੰ ਤੇ ਇਹਦੇ ਤੁਸੀਂ सीएम ਚਾਣ ਲੈਂਦੇ ਨੇ ਮਜਈਏ ਜਹੇ ਤੇ ਫਿਰ ਤੁਸੀਂ ਰੋਣ ਲੱਪੇ ਨੇ ਜੀ ਐਕਟ ਦੀ ਬੋਟਾ ਇਹਨੂੰ ਪਾਤੀਆਂ ਅਸੀਂ ਪਛਤਾਉਨੇ ਆਂ ਪਾ ਪਾ ਕੇ ਤੇ ਹੋਰ ਤੁਸੀਂ ਪਛਤਾਉਣਾ ਹੀ ਆਂ 72 ਸਾਲਾਂ ਤੋਂ ਹਸਾਉਣਾ ਕਹਿੰਦੇ ਅਸੀਂ ਝੂਠ ਬੋਲਦੇ ਆਉਨੇ ਆ ਤੇ ਹੁਣ ਵੀ ਬੋਲਾਂਗੇ ਆ ਇਹਨੇ ਕੰਮ ਕਰਨਾ ਬਾਕੀ ਪੰਜਾਬ ਦੇ ਵਿੱਚ ਮੈਂ ਸੁਣਿਆ ਕਿ ਉਹ ਮੁੰਡਾ ਕਿ ਉਹ ਜਿਹੜਾ ਫੜਿਆ ਸੀਗਾ ਇੱਥੇ ਆ ਜੇਲ੍ਹ ਚ ਭੇਜ ਦਿੱਤਾ ਆਮਰਤਪਾਲ ਸਿੰਘ ਉਹਦੀ ਵਾਈਫ ਨੂੰ ਇਹਨਾਂ ਨੇ 에어ਪੋਰਟ ਤੋਂ ਰੋਕ ਲਿਆ ਬਈ ਉਹਦੀ ਵਾਈਫ ਦਾ ਮੈਨਦਰ ਕੋਈ ਕਸੂਰ ਨਹੀਂ ਲੱਗਦਾ ਹੈਗਾ ਤੁਸੀਂ ਜੇ ਦਾ ਬੰਦਾ ਤੁਹਾਨੂੰ ਵਾਂਟਡ ਚਾਹੀਦਾ ਉਹਨੂੰ ਤੁਸੀਂ ਫੜੋ ਰੈਸਟ ਪਾਓ ਉਹਦੀ ਉਹਦੇ ਘਰ ਵਾਲੇ ਉਹਦੇ ਮਾਮੇ ਸਾਰੇ ਫੜ ਲੈਣਗੇ ਭੂਆ ਭਤੀਜੇ ਫੁੱਫੜ ਲੈਣਗੇ ਫੜ ਕੇ ਐਦਾਂ ਦੀ ਆ ਕੁ ਸੀ ਵਾਲੀ ਪੰਜਾਬ ਪੁਲਿਸ ਹੈ ਹਾਂ ਬਈ ਤੁਸੀਂ ਬੰਦਾ ਉਹਨੂੰ ਫੜੋ ਜੇ ਤੇ ਕੀ ਸਪੰਦਾ ਉਹਦੀ ਜਨਾਨੀ ਦਾ ਕੀ ਕਸੂਰ ਉਹ ਪੁਰਸ਼ ਗੈਸੇ ਲੱਗੋ ਕਹਿੰਨ ਉਹਨੇ ਜਾਣਾ ਬ੍ਰਿਟਿਸ਼ ਬ੍ਰਿਟਿਸ਼ ਸਿਟੀਜ਼ਨ ਹੈ ਉਹਦੇ ਕੋਲ ਤੇ ਉਹਨੇ ਆਉਣਾ ਹੈ ਤੇ ਆ ਸਕਦੀ ਹੈ ਤੇ ਰੋਕ ਲਾਤੀ ਉਹ ਤੇ ਵੀ ਤੁਸੀਂ ਆ ਨਹੀਂ ਸਕਦੇ ਜਾ ਨਹੀਂ ਸਕਦੇ ਦੱਸੋ ਇਹ ਕਿੱਦਾਂ ਦਾ ਘੂਸਾ ਜਿਹਾ ਸੀ ਇਹ ਮੈਂ ਫੇਰ ਪੰਜਾਬ ਦੇ ਬੱਚੇ ਇਥੇ ਜੇਲ੍ਹਾਂ ਚੋਂਣ ਲੱਪੀਆਂ ਸੀਗੇ ਤੁਸੀਂ ਉਹ ਆਸਾਮ ਚੱਕ ਕੇ ਭੇਜਦਾ ਕਿਸੇ ਰਿਸ਼ਤੇਦਾਰ ਕਿਸੇ ਮੋਲਾਕਤ ਕਰਨੇ ਹੁੰਦੀ ਬੰਦੇਆਂ ਦੇ ਨਾਲ ਪੈਸੇ ਜਾਂ ਕੱਪੜੇ-ਕੁਪੜੇ ਦੇਣੇ ਹੁੰਦੇ ਉੱਥੇ ਸਾਲੇ ਚੌਲ-ਤੂਲ ਭਈਏ ਜਾਂ ਮੱਛੀਆਂ ਹੀ ਖਾਈ ਜਾਂਦੇ ਨੇ ਤੇ ਇਸ ਕਰਕੇ ਜੇ ਦਾ ਇਹ ਜੀਲ ਨਾਲ ਚੁੰਨੀਆਂ ਸਾਲੀਆਂ ਛੱਤਾਂ ਇਹਨਾਂ ਦੇ ਡਿੱਗੀਆਂ ਐ ਲੈਂਟਰ ਰੋਲ ਟੁੱਟ ਰਹੇ ਨੇ ਵੀ ਬਾਹਲੇ ਬੰਦੇ ਯਾਨੀ ਕਿ ਬਹੁਤ ਸਾਨੂੰ ਚਾਹੀਦੇ ਨੇ ਸੇਫਟੀ ਵਾਲੇ ਬੰਦੇ ਨੇ ਤੇ ਤਾਂ ਤਾਂ ਉਹ ਜੇਰ ਬਹੁਤ ਸੁਰੱਖਿਆਤਵਾ ਉੱਥੇ ਤੁਸੀਂ ਸ਼ੈਫਟੋ ਕਰ ਦਿਓ ਤੇ ਪੰਜਾਬ 'ਚ ਰਹਿਣ ਦਿਓ ਤੇ ਐਸੇ ਜੀਲਾਂ ਹੀ ਹਨੀਗੀਆਂ ਇਹ ਜਾਣ ਕੇ ਸਾਲੇ ਬੰਡ ਪੰਗੇ ਜੇ ਲਈ ਜਾਂਦਾ ਐ ਹਾਂ ਤੇ ਉਧਰ ਭੇਜਦਾ ਜਾ ਜਾ ਕੇ ਬੰਦੇ ਉਹ ਜੇਲਾਂ ਦੇ ਵਿੱਚ ਉਹ ਜਿਆਦਾ ਸੁਰੱਖਿਆਤਵਾ ਤੇ ਮੈਨੂੰ ਮੈਂ ਦੇਬ ਜਿਹੜੀ ਦਿੱਲੀ ਦੀ ਤਿਹਾਰ ਜੇਲ ਹੈ ਮੈਂ ਸੁਣਿਆ ਸਾਰਿਆਂ ਤੋਂ ਜਿਆਦਾ ਸੁਰੱਖਿਆ ਤੇ ਆ ਇੱਥੇ ਕੋਈ ਗੈਂਗਸਟਰ ਤੁਹਾਡੇ ਸਾਹਮਣੇ 504 ਦੀ ਗੱਲ ਹੈ ਕੋਈ ਪਤਾ ਨਹੀਂ ਕਿਹੜਾ ਤੇਜਪੂਰੀਆ ਕਰਕੇ ਤਿੰਜਪੂਰੀਆ ਕਰਕੇ ਕਹਿੰਦੇ ਸੀਗੇ ਉਹਦਾ ਵਿਚਾਰੇ ਦਾ ਉੱਤੋਂ ਕਹਿੰਦੇ ਪੰਜਾ ਸੱਤ ਬੰਦਿਆਂ ਨੇ ਮਰਡਰ ਕਰ ਦਿੱਤਾ ਅਧਿਆਰਚਾਂਚੀਆਂ ਦੇ ਨਾਲ ਤਿੱਖੀਆਂ ਛੁਰੀਆਂ ਉਹ ਸੀਖਾਂ ਉਹਦੇ ਨਾਲ ਕੱਟ ਹੋ ਜਾਣਗੀਆਂ ਇਹ ਸਾਰੀ ਪੁਲਿਸ ਦੀ ਮਿਹਲੀ ਭੁਗਤ ਹੁੰਦੇ ਆ ਤੇ ਉਹ ਅੰਦਰ ਜੇਲ੍ਹ ਦੇ ਵਿੱਚ ਮਾਰ ਕੇ ਰੱਖਦੇ ਜਦੋਂ ਤੁਹਾਡੀ ਜੇਲ੍ਹ ਹੀ ਸੇਫਟੀ ਨਹੀਂ ਹਰਾਮ ਦਿਓ ਮੰਤਰੀ ਉਹ ਭੈਣ ਚੋਦੋ ਦੱਲਿਓ ਸਾਲਿਓ ਜੇਲ੍ਹ ਮੰਤਰੀ ਹੋ ਜੇਲ੍ਹ ਦੇ ਵਿੱਚ ਬੰਦਾ ਮਾਰ ਜੇ ਵੀ ਤੁਹਾਡੀ ਆਪਣੀ ਗਲਤੀ ਹੈ ਜੇ ਮਾਰ ਦੇਣ ਕੋਈ ਹੈ ਇਹ ਫਿਰ ਜੇਲ੍ਹ ਹੋਈ ਸਾਲੀ ਮੇਰੀ ਇਹ ਹੂੰ ਇਹਦਾ ਸਾਰਾ ਸਕੂਲ ਦੇ ਵਿੱਚ ਇੱਕ ਕਿਸਮ ਦੇ ਬੰਦੇ ਬੰਦ ਕੀਤੇ ਹੋਆ ਫੇਰ ਕਹਿੰਦੇ ਅਸੀਂ ਸੁਰੱਖਿਆ ਦੀ ਜੇਲ ਹੈ ਸਾਡੀ ਆਹ ਆ ਦਿੱਲੀ ਵਾਲੀ ਸੁਰੱਖਿਆ ਦੀ ਜੇਲ ਦੇਖ ਲਓ ਗੈਂਗਸਟਰ ਮੋਬਾਈਲ ਟੈਲੀਫੋਨ ਜਾਰਦੇ ਦੀ ਪੂਰੀ 2000 ਦੀ ਮਿਲਦੀ ਹੈ ਸੈਕਟਰ 5 5000 ਨੂੰ ਮਿਲਦੀਆਂ ਮੋਬਾਈਲ ਟੈਲੀਫੋਨ ਲੈ ਲਓ ਅੰਦਰੋਂ ਗੈਂਗਸਟਰ ਆ ਸਾਰੇ ਗੈਂਗ ਚਲਾ ਰਹੇ ਨੇ ਉਹ ਜਿਹੜਾ ਘੂਸਾ ਜਾਂ ਕੀ ਲਾਰੈਂਸ ਬਿਸ਼ਨੋਈ ਕਰਕੇ ਉਹਨੂੰ ਕਹਿੰਦੇ ਨੇ ਉਹ ਸ਼ਰਿਆਨ ਧਾਮਕੀਆਂ ਦਿੰਦਾ ਕਦੇ ਕੀ ਉਹਨੂੰ ਐਕਟਰ ਨੂੰ ਕਹਿੰਦੇ ਨਾ ਹੀ ਸਾਲਿਆਂ ਦੇ ਪੌਲੇ ਜਾਂਦੇ ਨੇ ਉਹ ਜਿਹੜਾ ਕੀ ਐਕਟਰ ਸੁਲਮਾਨ ਖਾਨ ਉਹਨੂੰ ਧਮਕੀਆਂ ਦਿੰਦਾ ਨੇ ਹੈ ਉਹਦੀ ਮੰਤੀਆਂ ਬਹਿਣੇ ਉੱਠਣੀਆਂ ਖਰਮਾਂ ਅਰਮਾਂ ਪਿਆਲੇ ਵਰ ਕੁਸਿਆ ਜੇਲ੍ਹ ਵਿੱਚ ਬੈਠਾ ਤੋਂ ਲੱਗਾ ਧਮਕੀਆਂ ਦੇਣ ਐਡਾ ਬਦਮਾਸ਼ ਹੋ ਜਾ ਕੇ ਉਹਦੇ ਗੋਲੀਆਂ ਵਾਲੀਆਂ ਮਾਰ ਕੋ ਪਤਾ ਲੱਗੇ ਤੈਨੂੰ ਹਰ ਕੰਮ ਦੀ ਜਿੰਮੇਵਾਰੀ ਲੈਂਦੇ ਨੇ ਟੈਲੀਫੋਨ ਇਹਨਾਂ ਦੇ ਕੋਲ ਨੇ ਹੈ ਤੇ ਆ ਬਾਹਰ ਸਾਡੀਆਂ ਜੇਲ੍ਹਾਂ ਨੇ ਇੱਥੇ ਟੈਲੀਫੋਨ ਉਹ ਪਹਿਲੀ ਗੱਲ ਤਾਂ ਦਿੰਦਾ ਹੀ ਨਹੀਂ ਕਿ ਉਹ ਕਹਿੰਦੇ ਅਸੀਂ ਦੇਣਾ ਹੀ ਕੋਈ ਨਹੀਂਗਾ ਜਿਵੇਂ ਵੀ ਜਾਂਦੇ ਉਥੇ ਰੇਂਜ ਨਹੀਂ ਹੁੰਦੀ ਉਹ ਬੰਦ ਕਰ ਦਿੰਦੇ ਨੇ ਉਹ ਕਹਿੰਦੇ ਚੱਲਣਾ ਹੀ ਕੋਈ ਨਹੀਂਗਾ ਇੱਥੇ ਤੁਹਾਡੇ ਟੈਲੀ ਹੁਣ ਵੀ ਚੱਲਦਾ ਸਾਰਾ ਕੁਝ ਹੋ ਰਿਹਾ ਆ ਜੀਹਲਾ ਦੇਖ ਲੋ ਜੀ ਇੰਡੀਆ ਦੇ ਉਹ ਗੈਂਗਸਟਰ ਤਾਂਕੀਆਂ ਦੇ ਰਹੇ ਨੇ ਸ਼ਰਿਆਮ ਨੇ ਲਲਕਾਰਦੇ ਆ ਇਹਨਾਂ ਨੂੰ ਇਨਕਮ ਟੈਕਸ ਅਸੀਂ ਦਿੰਨੇ ਆ ਠੀਕ ਹੈ ਕਿ ਨਹੀਂ 5 ਕੇ ਸਾਲ ਦੀ ਉਮਰ ਹੁੰਦੀ ਨਾਲ ਸਾਡੇ ਸਾਹਮਣੇ ਆਪ ਹੀ ਸਾਰੇ ਮਨਮੁਲੀਆਂ ਦੇ ਗੋੜੀਆਂ ਦੇ ਨਾਲ ਤੇ ਫੇਰ ਕਹਿੰਦੇ ਜੀ ਕੋਈ ਬੰਦੇ ਪੁਲਿਸ ਨੇ ਮਾਰਤੇ ਫਲਾਣਾ ਕਰ ਦਿੱਤਾ ਹੋ ਗਿਆ ਇਹਨਾਂ ਦੀ ਉਮਰ ਹੀ ਇੰਨੀ ਕੁ ਹੁੰਦੀ ਆ ਤੇ ਬਾਕੀ ਬੰਦਿਆਂ ਨੂੰ ਐਵੇਂ ਡਰਾਇ ਤੇ ਧਮਕਾਈ ਜਾਂਦੇ ਨੇ ਇੰਡੀਆ ਦੇ ਵਿੱਚ ਕੋਈ ਬੰਦਾ ਬਿਜ਼ਨਸ ਨਹੀਂ ਕਰ ਸਕਦਾ ਕੋਈ ਤਰੱਕੀ ਨਹੀਂ ਕਰ ਸਕਦਾ ਮੰਨ ਲਓ ਕੋਈ ਬੰਦੇ ਦੀ ਦੁਕਾਨਦਾਰ ਦੁਕਾਨਦਾਰ ਹੈ ਉਹਦਾ ਕੰਮ ਚੱਲ ਪਿਆ ਕਾਰ ਲੈ ਲੈਣਾ ਵੀ ਕੋਠੀ ਪਾ ਲੈ ਠੀਕ ਹੈ ਕਰਨ ਤੇ ਇਹ ਸਾਲੇ ਹਰਾਨ ਦੀਆਂ ਲਾਦਾ ਪਿਸਤੌਲ ਦੀ ਨੋਕ ਤੇ ਧੰਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਆ ਜੀ ਤੁਹਾਨੂੰ ਕੀ ਆ ਤੇ 22 ਲੱਖ ਰੁਪਈਆ ਦੇ ਦਿੰਨੇ ਅਸੀਂ ਮਰਡਰ ਕਰਦੇ ਆਂਗੇ ਚਲ ਬੰਦੇ ਨੂੰ ਗੱਡੀ ਚਾਰ ਦਿੰਦੇ ਨੇ ਆਹ ਹੀ ਕੰਮ ਹੈ ਅਮਰੀਕਾ ਕੰਟਰੀ ਹੈ ਹੋਰ ਕੰਟਰੀਆਂ ਹੈਗੀਆਂ ਤੁਸੀਂ ਉੱਥੇ ਜਾਓ ਤਿੰਨ ਸਾਲ ਦੇ ਵਿੱਚ ਬੰਦਾ ਕਾਫੀ ਯਾਨੀ ਕਿ ਆਪਣੇ ਪੈਰਾਂ ਦੇ ਉੱਤੇ ਖੜ ਜਾਂਦਾ ਜਿੰਨਾ ਮਰਜੀ امیر ਹੋ ਕੋਈ ਧਮਕੀ ਨਹੀਂ ਦਿੰਦਾ ਇੱਥੇ ਸਾਲਾ ਡਰੇ ਹੀ ਰਹਿੰਦਾ ਜੇ ਕੰਮ ਨਹੀਂ ਚੱਲਦਾ ਤਾਂ ਡਰਾਂ ਜੋ ਚੱਲ ਪਿਆ ਇਹਨਾਂ ਹਰਾਮ ਦੇਂਦਾ ਡਰ ਹੋ ਜਾਂਦਾ ਸ਼ੁਰੂ ਯਾ ਗੇਕਸ ਤੋਂ ਜਿਹੜੇ ਬਣੀ ਫਿਰਦੇ ਨੇ ਤੇ ਤੁਹਾਡੇ ਕੋਲ ਇਹਨਾਂ ਕੋਲ ਨੱਥ ਨਹੀਂ ਪੈਂਦੀ ਹੈਗੀ ਹੈ ਕੌਣ ਆਹ ਸਾਰੇ ਮੇਰੇ ਮੇਰਾ ਅੱਗੇ ਵੀ ਕਹ ਵੀ ਜਿਆਦਾ ਸ਼ੈਡੋ ਫਿਰ ਮੈਨੂੰ 15 ਮਹੀਨੇ ਦਾ ਟਾਈਮ ਦਿਓ ਤੇ ਜੋਗੀ ਜਿੱਦਾਂ ਕੰਮ ਕਰਦਾ ਉਦੋਂ ਹੀ ਹੋਵੇਗਾ ਜੋਗੀ ਦੀ ਮੈਂ ਰਿਸਪੈਕਟ ਕਰਦਾ ਕਿਸੇ ਬੰਦੇ ਦੀ ਮੈਂ ਇੰਡੀਆ ਮੰਤਰੀ ਅਜੇ ਤੱਕ ਰਿਸਪੈਕਟ ਨਹੀਂ ਕੀਤੀ ਸਾਲੇ ਮੈਨੂੰ ਹੁਸੈ ਦੇ ਹੁਸੈ ਲੱਗਦੇ ਆ ਸਾਰੇ ਤੇ ਇੱਕ ਜੋਗੀ ਤੇ ਮੋਦੀ ਇਹ ਬੰਦੇ ਹੋਏ ਇਹਦਾ ਜਿੰਨਾ ਵੀ ਹੋਰ ਵੀ ਬੰਦੇ 4-5 ਹੈਗੇ ਠੀਕ ਹੈ ਬਹਿ ਦਾ ਧੰਨਵਾਦ ਕਰਦਾ ਜੋਗੀ ਦਾ ਤੇ ਹੈ ਵੀ ਜੋਗੀ ਫਿਰ ਸਾਧ ਜਿਹਈਆ ਠੀਕ ਹਨ ਨਾ ਇਹ ਵਿਆਹ ਕਰਾਉਂਦੇ ਨੇ ਦੇਖ ਲਓ ਬੀਜੇਪੀ ਵਾਲੇ ਬੰਦੇ ਮੋਦੀ ਛੜਾਈਆ ਉਹ ਬਾਜਪਾਈ ਵੀ ਇਦਾਂ ਵੇਸੇ ਜੋਗੀ ਵੀ ਮੋਰੇ ਇਦਾਂ ਲਈਆ ਕੰਮ ਤਸੱਲੀ ਕਰਾਉਂਦਾ ਕਰਨ ਪੂਰੀ ਧੱਕ ਪਾਉਂਦਾ ਤੇ ਮੈਂ ਤਾਂ ਹੈ ਹੀ ਹਿਟਲਰ ਦੀ ਕੰਟਰੀ ਦਾ ਤੇ ਪਾਸਪੋਰਟ ਮੇਰੇ ਕੋਲ ਇੱਥੇ ਦਾ ਹੀ ਠੀਕ ਹੈ ਕਰਨ ਮੈਂ ਇਹਦੇ ਨਾਲੋਂ ਵੀ ਜ਼ਿਆਦਾ ਡੇਂਜਰਸ ਹਾਂ ਇਹਦਾ 2 2 4 4 ਚਾਣਦਾ ਮੈਂ ਇੱਕੋ ਵਾਰ ਚੋਣ ਚੋਣ ਲੈਣੇ ਆ ਨਵੇਂ ੜ ਦੇਣਾ ਕੰਮ ਸਾਰਿਆਂ ਦਾ ਖਤਮ ਆ ਡਾਡ ਡੋੜ ਤਾਂ ਚੱਕਿਆ ਜਾਊਗਾ ਇਹਨੇ ਭਗਵਾਨ ਤਮਾਨ ਨੇ ਇਹਨੇ ਸਾਲੇ ਨੇ ਕੀ ਕਰਨਾ ਇਹਦਾ ਲਾਰੇ ਲਾਉਂਦੇ ਰਹਿੰਦੇ ਹਰ ਸਾਲ ਐਥ ਤੇ ਸਾਲ ਸੀ ਯਕੀਨ ਕਰਲੇਦਾ ਔਰ ਤੇ ਯਕੀਨ ਕਰਲੇਦਾ ਐਥ ਤੇ ਕਰੀਦਾ ਕੰਮ ਹੁੰਦਾ ਕੋਈ ਨਹੀਂਗਾ ਅਸੀਂ ਇਹਨੂੰ ਲੰਡਨ ਬਣਾ ਦੇਾਂਗੇ ਇੱਕ ਕਹਿੰਦਾ ਕੋਈ ਕਹਿੰਦਾ ਸਾਲਾ ਨਿਊਯਾਰਕ ਬਣਾ ਲਵਾਂਗੇ ਪੰਜਾਬ ਨੂੰ ਕੋਈ ਕਹਿੰਦਾ ਪੈਰਿਸ ਬਣਾ ਦੇਾਂਗੇ ਇਹਨੂੰ ਪੰਜਾਬ ਨੂੰ ਤੇ ਇਹ ਹਰਾਂ ਉਹਦੇ ਪੈਸ ਲੰਡਨ ਨਿਊਯਾਰਕ ਪਹਿਲਾਂ ਬਣਉ ਤਾਂ ਹੈਗੇ ਇੱਥੇ ਰਹਿਤਾ ਰਹੇ ਬੰਦੇ ਚੰਗੀ ਪਰ ਇਹਨਾਂ ਨੂੰ ਕਾਹਨੂੰ ਸਾਦਦੇ ਨੇ ਤੁਸੀਂ ਤੁਨ ਨਾ ਤੁਹਾਡੇ ਕੋਲ ਬਣ ਨਹੀਂ ਆ ਇਹ ਇਹ ਨਹੀਂ ਬਣਦੇ ਸਿਰਫ ਤੁਸੀਂ ਗੱਪਾਂ ਹੀ ਮਾਰ ਸਕਦੇ ਨੇ ਹੋਰ ਕੋਈ ਕੰਮ ਨਹੀਂ ਜੀਵਨਾਂ ਸੁਰੱਖਿਆਤ ਨਹੀਂ ਬੰਦਾ ਸੁਰੱਖਿਆਤ ਨਹੀਂ ਔਰ ਸੁਰੱਖਿਆਤ ਨਹੀਂ ਬੱਚੇ ਸੁਰੱਖਿਆਤ ਨਹੀਂ ਹੈ ਜਾਨਵਰ ਸੁਰੱਖਿਆਤ ਨਹੀਂ ਹੈਗੇ ਹੂੰ ਪਾਣੀ ਤੋਂ ਪਿਆਸੇ ਆ ਲੱਤਾਂ ਟੁੱਟੀਆਂ ਆ ਗਾਈਆਂ ਸਾਂਹਾਂ ਨਹੀਂ ਭਿੜੀਆਂ ਦੇ ਅਖਬਾਰਾਂ ਕਾਗਜ਼ੋਖਾਈ ਜਾਂਦੇ ਨੇ ਫਾਂਡੇ ਹਰਾਮ ਦੇ ਮੰਤਰੀ ਖਾਈ ਜਾਂਦੇ ਨੇ ਕਿ ਹਿੰਦੂਆਂ ਦੇ ਵੀ ਸਾਲੇ ਮੇਰੇ ਹੈਗੇ ਆ ਕਿ ਉਹਨਾਂ ਵੀ ਸਾਡੇ ਤੇ ਤਵਾ ਹੀ ਨਹੀਂ ਲਾਉਂਦਾ ਇਹਨਾਂ ਤੇ ਤੁਹਾਡੇ ਵਿੱਚ ਵੀ ਘੂਸੇ ਮੰਤਰੀ ਹੈਗੇ ਨੇ ਆ ਹਿੰਦੂਆਂ ਦੇ ਵਿੱਚ ਵੀ ਇਹ ਜਿਹੜਾ ਗਾਈਆਂ ਦਾ ਫੰਡ ਫੋਨ ਖਾਂਦੇ ਨੇ ਤੁਸੀਂ ਮੈਂ ਉਹਨਾਂ ਦੀ ਗੱਲ ਕਰਦਾ ਠੀਕ ਨੇ ਜਿਹੜਾ ਪੈਸਾ ਮਿਲਦਾ ਸਾੜੇ ਖਾ ਪੀ ਜਾਂਦੇ ਨੇ ਕੋ ਲਾਲੂ ਪ੍ਰਸਾਦ ਗਾਵੀਆਂ ਦਾ ਚਾਰਾ ਹੀ ਖਾ ਗਿਆ ਸੀ ਤੁਹਾਡੇ ਸਾਹਮਣੇ ਹੀ ਆ ਤੇ ਉਦਾਂ ਇਹ ਨਾ ਵਿੱਚੋਂ ਹੈਗੇ ਨੇ ਅਸੀਂ ਸੁਰੱਖਿਆ ਕਰਦੇ ਕਿੱਥੇ ਕਰਦੇ ਨਾ ਨਾ ਪੱਠੇ ਆਉਂਦੇ ਨਾ ਪਾਣੀ ਪਾਉਂਦੇ ਮੈਂ ਇੱਕ ਮੈਂ ਇਦਾਂ ਦਾ ਇਹਨਾਂ ਦਾ ਤੇ ਫਿਰ ਤਾਂ ਇਹ ਕਹਿੰਦੇ ਲੱਗਦੇ ਆ ਸਾਡੇ ਉੱਤੇ ਤੇ ਬਾਕੀ ਤੁਸੀਂ ਆ ਪਾਰਟੀ ਦੇ ਵਿੱਚ ਸੁਣਿਆ ਹੋਣਾ ਆਮ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਬੰਦੇ ਨੇ ਪਹਿਲਾਂ ਇੱਕੋ ਸਾਲਾ ਹੁੰਦਾ ਸੀਗਾ ਸ਼ਿਗਾਰ ਆ ਰਾਮ ਪਤਾ ਨਹੀਂ ਕੀ ਸੀਗਾ ਮੰਤਰੀ ਉਹ ਰਿਸ਼ਵਤ ਲੈਣ ਦਾ ਫੜਿਆ ਗਿਆ ਕਈ ਹੋਰ ਕਪੜੇ ਦੇ ਵਿੱਚ ਫੜਿਆ ਗਏ ਆ ਤੇ ਕਈ ਆ ਸਾਲਿਆਂ ਨੇ ਵਿਆਹ ਵੀ ਲੱਗਿਓ ਕਰਾਉਣ ਹੈ ਮੰਤਰੀ ਇਹ ਕਾ ਘੂਸਾ ਜਾਂ ਸਾਲਾ ਹੋਰ ਤੁਹਾਡੇ ਸਾਹਮਣੇ ਆ ਗਿਆ ਮੋਰੋ ਮੁੰਡੇ ਦੇ ਨਾਲ ਕੋਈ ਗਲਤ ਹਰਕਤਾਂ ਕਰਦਾ ਫੜਿਆ ਗਿਆ ਤੇ ਉਹ ਮੁੰਡੇ ਨੇ ਵੀਡੀਓ ਪਾਈ ਆ ਮੇਰੇ ਨਾਲ 5-7 ਸਾਲ ਹੋ ਗਿਆ ਗਲਤ ਹਰਕਤਾਂ ਕਰਦੇ ਸੀ ਇਹ ਮੰਤਰੀ ਭੈਣ ਚੋਂ ਹਰਾਮ ਦੇ ਸਾਲੇ ਧੱਲੇ ਦੇਖ ਲਓ ਇਹਨਾਂ ਦਾ ਆ ਕੰਮ ਆ ਸਾਨੂੰ ਇਹਨਾਂ ਦੇ ਮਾਣ ਹੁੰਦਾ ਵੀ ਕੋਈ ਕੰਮ ਚੱਜਦਾ ਕਰ ਲੈਣਗੇ ਚੱਜਦਾ ਕਰ ਲੈਣਗੇ ਇਹਨਾਂ ਹਰਾਮਦਿਆਂ ਵਿੱਚੋਂ ਪੰਜ-ਸੱਤ ਮੰਤਰੀਸਾਲੇ ਇਦਾਂ ਦੇ ਨਿਕਲਿਆ ਆਉਂਦੇ ਨੇ ਹਰ ਸਰਕਾਰ ਦੇ ਵਿੱਚ ਹੁੰਦੇ ਅੱਗੇ ਬਾਦਲਾਂ ਦੇ ਵਿੱਚੋਂ ਸੁੱਚਾ ਸਿੰਘ ਸਿਗਾ ਤੇ ਇਹਦੇ ਵਿੱਚ ਆਹ ਆ ਨਿਕਲਿਆ ਆ ਹਾਂ ਚਲੋ ਉਹ ਤਾਂ ਜਨਾਨੀਆਂ ਜਨੁਨੀਆਂ ਦੇ ਨਾਲ ਇਦਾਂ ਦੀਆਂ ਗਲਤ ਹਰਕਤਾਂ ਕਰਦਾ ਸੀ ਆਹ ਸਾਲਾ ਮੁੰਡਿਆਂ ਦੇ ਨਾਲ ਲੱਗਾ ਆ ਕੰਮ ਦੱਸੋ ਹੈ ਹੈਂ ਇਹਨਾਂ ਦੇ ਜੱਟਖਾਨ ਦੀਆਂ ਗੱਲਾਂ ਬਈ ਇਹਨਾਂ ਦੇ ਸਾੜਿਆਂ ਦੇ ਛੱਤਰ ਫੇਰੇ ਜਾਵੇ ਚੰਗੀ ਤਰ੍ਹਾਂ ਟਕਾ ਕੇ ਹੈ ਹੁਣ ਇਹ ਬੀਜੇਪੀ ਆਨ ਨੂੰ ਭਜਦੇ ਨੇ ਆ ਤੁਹਾਡੇ ਸਾਹਮਣੇ ਆ ਮੈਂ ਹੁਣ ਨੈਕਸਟ ਵੀਡੀਓ ਆਉਗੀ ਮੇਰੀ ਆ ਬੀਜੇਪੀ ਵਲ ਨੂੰ ਕਿਦਾਂ ਭਜਦੇ ਨੇ ਵੇਖੋ ਕੈਪਟਨ ਹੁੰਦਾ ਇਹ ਸਾੜਾ ਚਿਚੜ ਜਾ ਕਿਦਾਂ ਦਾ ਹੋ ਲੈ ਸੀਐਮ ਬਣਾ ਦਾੜੀ ਕਾਲੀ ਕਰ ਲੈਂਦਾ ਉਮਰ ਤੇਰੀ 75 ਸਾਲਾਂ ਦੀ ਆ ਬਾਲਾਂ ਦੇ ਮਗਰੇ ਤੇਰੀ ਤਿਆਰੀ ਹੈ ਜਾਣਦੀ ਤੇ ਇਹ ਸਾਲਾ ਦਾੜੀ ਮੇਰੀ ਕਰਕੇ ਪਾਕਿਸਤਾਨ ਦੀ ਬਲਾਰੂਸਾ ਲਈ ਫਿਰਦਾ ਹੁਣ ਦੋ ਤਿੰਨ ਪਤਾ ਨਹੀਂ ਹੋਰ ਕਿਤੇ ਟਕਾਈ ਫਿਰਦਾ ਆ ਤੇ ਇਧਰ ਉਹ ਬੀਜੇਪੀ ਵਿੱਚ ਜਾਇ ਫਿਰਦਾ ਹਾਂ ਵੀ ਮੇਰੇ ਤਾਂ ਕੋਈ ਕੇਸ ਨਾ ਪਾਵੇ ਇਦਾਂ ਦੇ ਹੁੰਦੇ ਨੇ ਆ ਮੰਤਰੀ ਆ ਇਹਦੀ ਸ਼ਕਲ ਦੇ ਘਟਾਰੇ ਪੂਰਾ ਸ਼ਕਲੀ ਹੈ ਇਹ ਬੰਦਾ ਕੈਪਟਨ ਮੈਨੂੰ ਬਣਾ ਦਿਓ ਮੁੱਖ ਮੰਤਰੀ ਇੱਕ ਵਾਰੀ ਮੈਂ ਸਾਰੇ ਬੰਦੇ ਨਸ਼ੇੜੀ ਖਾਤਮ ਕਰ ਦਵਾਂਗਾ 6 ਮਹੀਨੇ ਪਹਿਲਾਂ ਅਸਤੀਫਾ ਦੇ ਕੇ ਭੱਜ ਗਿਆ ਅਜੇ ਤੱਕ ਅਸਤੀਫਾ ਨਹੀਂ ਕਿਸੇ 6 ਮਹੀਨੇ ਦਿੱਤਾ ਜਿਹੜਾ ਤੂੰ ਦੇ ਕੇ ਗਿਆ ਹਾਂ ਇਹਨਾਂ ਬੰਦਿਆਂ ਦੇ ਆਸਵਾ ਸਾਨੂੰ ਮੰਤਰੀਆਂ ਦੇ ਹਰਾਮ ਦੇਆਂ ਦਲਿਆਂ ਦੇ ਮੇਰੇ ਇੱਕ ਗੱਲ ਹੈ ਵੀ ਮੇਰੇ ਕੋਲ ਜਰਮਨ ਸਿਟੀ ਜਣਾ ਹਿਟਲਰ ਵਾਲੀ ਠੀਕ ਹੈ ਕਿ ਨਹੀਂ ਮੈਂ ਇਕੱਲਾ ਇਕੱਲਾ ਜੋਗੀ ਵਾਂਗ ਨਹੀਂ ਚੌਣਨਾ ਹੈਗਾ ਤੇ ਮੈਂ ਇਕੱਠੇ ਚੋਣ ਕੇ ਇੱਕੋ ਹੀ ਵਾਰੀ ਕੰਮ ਕਰ ਦੇਣਾ ਤੁਹਾਡਾ ਠੀਕ ਹੈ ਕਿ ਨਹੀਂ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਕਹਵੇ ਮੈਨੂੰ ਗੈਸ ਦੀ ਪ੍ਰੋਨੋ ਮੈਨੂੰ ਨੌਕਰੀ ਦੀ ਪ੍ਰੋਨੋ ਮੈਨੂੰ ਆ ਪ੍ਰੋਨੋ ਠੀਕ ਹੈ ਮੇਰਾ ਗੁਜ਼ਾਰਾ ਨਹੀਂ ਹੁੰਦਾ ਮੈਂ ਤੁਹਾਨੂੰ ਬੇਲਿਆਂ ਨੂੰ 5-5 10000 ਰੁਪਏ ਦਵਾਂਗਾ ਮੈਂ ਗੱਡੀਆਂ ਨਾਵੀਆਂ ਟਰੱਕ ਲੈ ਕੇ ਦਵਾਂਗਾ 15 ਲੱਖ ਸਾਲਿਓ ਪਾ ਲਓ ਤੁਸੀਂ ਤੇ 15-20 ਮੈਂ ਗਵਰਨਮੈਂਟ ਪਾ ਦੇਗੀ ਠੀਕ ਹੈ ਹੁਣ ਕਈ ਕਿਹਨ ਕਿੱਦਾਂ ਕਰ ਦਵਾਂਗੇ ਤੁਸੀਂ ਇਹਨਾਂ ਭੈਣ ਤੋਂ ਦਾ ਹਰਾਮ ਦੇ ਤਾਂ ਕਰਾਣਾ ਤਾਂ ਮੈਨੂੰ ਕੀ ਪੁੱਛਦੇ ਮੈਂ ਸਿਟੀਜ਼ਨ ਆਪਣੀ ਤਬਾਹ ਕਰਨੀ ਆਪਣੀ 5 ਕਰੋੜ ਦੀ ਹੈ ਇੱਥੇ ਨੂੰ ਤੁਹਾਡੇ ਕੂਸਿਆਂ ਦੇ ਬਚਾਣ ਕੇ ਮੈਂ ਬੈਠਣਾ ਮੈਂ ਲੈਕਚਰ ਕਰਨੇ ਰੋਜ਼ ਮੈਂ ਭਾਈ ਸੀਐਮ ਨਾਲੋਂ ਇੱਥੇ ਠੀਕ ਆ ਮੇਰੇ ਕੋਲ ਲੈਂਡ ਰੋਵਰਾਂ ਕਾਟੀਆਂ ਮੈਂ ਬੀਐਮਡਬਲਯੂ ਸਵੇਰੇ ਕਢਾ ਲਵਾਂ ਮੈਂ ਪੋਰਸ਼ੇ ਨਵੀਂ ਲੈਵਾਂ ਮੈਂ ਇੱਥੇ ਸਹੀ ਫੇ ਤੁਹਾਡਾ ਮੈਂ ਦੁੱਖ ਨਾ ਸੁਣਾਇਆ ਕਰੋ ਮੈਨੂੰ ਫਿਰ ਇੱਥੇ ਬੈਠੇ ਰਹੋ ਕਿ ਮੈਂ ਇੱਥੇ ਬੈਠਾ ਹਾਂ ਰੰਨ ਅਕ ਕਿ ਜਦ ਤੂੰ ਬਣਾ ਦਮਾਂਗਾ ਆ ਜਿੱਦਾਂ ਸਾਲੇ ਮੇਰੇ ਇੱਕ ਕਪੜਾ ਕਰਦੇ ਨੇ ਉਦਦੇ ਮੈਂ ਬਣਾ ਦਮਾਂਗਾ ਕਹਾੜਾ ਕਰਕੇ ਇਹਨਾਂ ਦਾ ਇਹਨਾਂ ਨੇ ਮੇ ਕੋਠਿਆਂ ਦੇ ਚਲਾਉਣੇ ਜਿਹੜਾ ਬਲਡੋਜ਼ਰ ਤੇ ਜਿੰਨਾ ਇਹਨਾਂ ਦਾ ਪੈਸਾ ਬੈਂਕ ਵਿੱਚ ਪੂਰੀ ਦੀ ਪੂਰੀ ਲੈਉਣੀ ਤਬਾਹੀ ਤੇ ਜਿੰਨਾ ਤੁਹਾਨੂੰ ਵਿਆਜ ਮੈਲ ਦਾ ਜਿੰਨੇ ਨਾਰੀ ਬਾਹਰ ਬੰਦੇ ਨੇ ਨਾ ਫੜੀਆਂ ਕਰਾ ਕੇ ਆਉਂਦੇ ਨੇ ਰੱਖਦੇ ਨੇ ਖਰਬਾਂ ਰੁਪਈਆ ਉਹਦਾ ਵਿਆਜ ਲੈਂਦੇ ਨੇ ਤੇ ਵਿਆਜ ਤੇ ਲਾਉਣੀ ਮੈਂ ਰੋਕ ਤੇ ਉਹ ਖਾਤਾ ਤੁਹਾਡੇ ਅਕਾਊਂਟ ਵਿੱਚ ਆਉਣਾ ਪੈਸਾ ਫਿਰ ਤੁਹਾਨੂੰ ਨੌਕਰੀਆਂ ਉਹਨਾਂ ਤੋਂ ਦੇਣੀਆਂ ਖਰਬਾਂ ਰੁਪਈਆ ਵਿਆਜ ਦਾ ਹੁੰਦਾ ਤੇ ਇਹਨਾਂ ਦਾ ਸਾਡੇ ਨਾ ਕੈਨੇਡਾ ਅਮਰੀਕਾ ਇੰਗਲੈਂਡ ਵਿੱਚ ਰਹਿ ਕੇ ਵੀ ਘੂਸਿਆਂ ਦਾ ਢੱਡ ਨਹੀਂ ਭਰਿਆ ਤੇ ਇੱਕ ਆ ਵਿਆਜ ਨਾਲ ਭਰ ਦਊਗਾ ਜਿਹੜੇ ਬੈਂਕ ਤੋਂ ਵਿਆਜ ਲੈਂਦੇ ਨੇ ਹੈ 5 ਬਜ ਲੱਖ ਦੀਆਂ ਫੁੱਡੀਆਂ ਕਰਾਉਂਦੇ ਨੇ ਇੱਥੇ ਤਾਂ ਬੰਦ ਕੀਤਾ ਹੈ ਵਿਆਜ ਇਹਨਾਂ ਨੇ ਦਿੰਦੇ ਹੀ ਕੋਈ ਨਹੀਂ ਇਹ ਚੱਕ ਗਏ ਇੱਥੇ ਅੱਗੇ ਭੁੱਖੀ ਜੇ ਕੰਟਰੀ ਭੁੱਖੇ ਮਰਦੇ ਤੁਹਾਨੂੰ ਵਿਆਜ ਦੇ ਦੇ ਕੇ ਸਾੜੇ ਆਪਣਾ ਕੰਮ ਚਲਾਈ ਜਾਂਦੇ ਨੇ ਤੇ ਉਹ ਵਿਆਜ ਤੇ ਮੈਂ ਅਟੈਕ ਕਰਨਾ ਠੀਕ ਹੈ ਜਾਂ ਕਿਸੇ ਮੰਤਰੀ ਨੇ ਸੋਚਿਆ ਉਹ ਦੱਸ ਦਵੇ ਮੈਂ ਹੁਣ ਭਗਵਾਨ ਦਾ ਮਾਨ ਨੂੰ ਪਤਾ ਲੱਗ ਜੂਗਾ ਉਹ ਕਰ ਦੇਊਗਾ ਕੰਮ ਠੀਕ ਹੈ ਹੋਰ ਮੇਰੇ ਕੋਲ ਸਾਰਿਆਂ ਨੂੰ ਸਸਰੀ ਗਾਹ ਨੇ ਕਈ ਮਤਲਬ ਮੈਨੂੰ ਦੱਸਦੇ ਆ ਵੀ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਮੈਂ ਇੱਧਰ ਨੂੰ ਵੀ ਆ ਜਾਣਾ ਥੋੜਾ ਜਿਹਾ ਵੀ ਮੈਂ ਉੱਥੇ ਜੁਪੀ ਬਈ ਮਹਿੰਗੀ ਬਹੁਤ ਮਿਲਦੀ ਆ ਮੈਂ ਠੀਕ ਹੈ ਵੀ ਫੀਮ ਸਾਡੇ ਬੰਦੇ ਜਿਹੜੇ ਲੱਗੇ ਹੋਰ ਸਹੀ ਆ ਪਰ ਮੈਡੀਸਿਨ ਦੇ ਤੌਰ ਦੇ ਉੱਤੇ ਵਧੀਆ ਹੈ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਠੀਕ ਨੇ ਇਹ ਮੈਂ ਇਹਦੇ ਵਿੱਚ ਸਹਿਮਤ ਆ ਕਿਉਂਕਿ ਮੈਂ ਇਹਨੂੰ ਇੱਥੇ ਬੰਦੇ ਨੇ ਆਪ ਟ੍ਰਾਈ ਕਰਾ ਕੇ ਦਿਖਾ ਲਈ ਸੀ ਕਹਿੰਦੇ ਦੇਖਦਾ ਸੀ ਖਾ ਕੇ ਇੰਨੀ ਕਿ ਇਥੋਂ ਹੀ ਮੈਲ ਮਲ ਜਾਂਦੀ ਐ ਔਖੀ ਆ ਪਰ ਬੰਦਾ ਸਪੀਡ ਵੜੀ ਫੜਦਾ ਫਿਰ ਇਹਦੇ ਨਾਲ ਆ ਡੋਡਿਆਂ ਦਾ ਭੁੱਕੀ ਦਾ ਚਾਂਚੇ ਦੋ ਖਾਲ ਲ ਜਕਾਮ ਜਕੂਮ ਚੱਕਿਆ ਚੁੱਕੇ ਜਾਂਦਾ ਛੱਕਾਂ ਛੁੱਕਾਂ ਹਟ ਜਾਂਦੀਆਂ ਪਰ ਇਹਦਾ ਇਹ ਫਾਇਦਾ ਹੁੰਦਾ ਤੁਸੀਂ ਤਾਂ ਸੜ ਪੀ ਜਾਂ ਨੇ ਕੰਮ ਇਹਦੇ ਨਾਲ ਕਰਨਾ ਹੈ ਤੇ ਉਦਾਂ ਠੀਕ ਐ ਨਾੜਾਂ ਨੂੜਾਂ ਖੋਲ ਖਾਲ ਦਿੰਦੀ ਐ ਤੇ ਖੇਤੀ ਹੋਣੀ ਚਾਹੀਦੀ ਐ ਠੀਕ ਐ ਜੇ ਨਾ ਖੇਤੀ ਇਹਦੀ ਹੋਵੇ ਤਾਂ ਫਿਰ ਸਾਡੇ ਬੰਦੇ ਜਿੰਨੇ ਆ ਪੈਸੇ ਜਿਆਦਾ ਬੇਸਟੇਜ ਕੰਮ ਵਿੱਚ ਕਰਦੇ ਨੇ ਤੇ ਘਰ ਵਾਲਿਆਂ ਨਾਲ ਤਲਾਕ ਹੋ ਜਾਂਦੇ ਨੇ ਪਰੇਸ਼ਾਨ ਹੁੰਦੇ ਨੇ ਠੀਕ ਹੈ ਇਸ ਕਰਕੇ ਇਦਾਂ ਨਹੀਂ ਚਾਹੀਦਾ ਖੇਤੀ ਹੋਣੀ ਚਾਹੀਦੀ ਪਹਿਲੇ 2-3 ਸਾਲ ਪਰੌਣੋਂ ਪੈਣੀਆਂ ਆਪਾਂ ਨੂੰ ਸੀਆ ਸੀਆਰਪੀ ਪੁਲਿਸ ਆਰਮੀ ਵਾਲੇ ਬੰਦੇ ਲਾਉਣੇ ਪਣੇ ਖੇਤਾਂ ਦੇ ਵਿੱਚ ਕਿਉਂਕਿ ਤੁਸੀਂ ਉਹ ਕੱਚੇ ਡੋਡੇ ਨਹੀਂ ਛੱਡਣੇ ਉਹ ਖਾ ਪੀ ਜਾਣੇ ਤੇ ਜਾਂ ਸਾਲਿਆਂ ਨੇ ਸੌਂ ਵੀ ਉੱਥੇ ਕੋਲੇ ਜਾਇਆ ਕਰਨਾ ਕੋਈ ਥੋੜਾ ਬਤਾ ਅਸਰ ਹੋਵੇ ਘਰ ਕੰਮ ਇਹਨਾਂ ਨੇ ਕਰਨਾ ਕੋਈ ਨਹੀਂਗਾ ਤੇ ਇਸ ਕਰਕੇ ਤੈਨੱਖ ਸਾਲ ਪਰੌਣ ਨੂੰ ਪਾਉਣੀ ਪਾਉਗੀ ਸਾਨੂੰ ਫਿਰ ਬਾਅਦ ਚ ਠੀਕ ਹੋ ਜਾਣਾ ਕੋ ਸਮਾਨ ਮੋਹਰੇ ਖੁੱਲਾ ਮੈਣਾ ਕੋਈ ਚੱਕਰ ਨਹੀਂ ਦਾ ਰਾਸਥਾਨਾ ਉਹਨਾਂ ਸਾਹਮਣੇ ਰੱਖਿਓ ਫੀਮ ਜਿਹਨੇ ਖਾਣੀ ਪੰਜਾਬ ਦਾ ਖਾਸਾ ਦਾ ਢਾਬੇ ਉੱਤੇ ਫਰੀ ਕੋਈ ਪੈਸਾ ਨਹੀਂ ਲੈਣਾ ਲਿਆਉਣ ਨਹੀਂ ਦੇਣਾ ਇੱਥੇ ਖਾ ਲਓ ਸਾਰੇ ਚੰਗਾ ਗੋਲਾ ਜਾਂ ਬੱਟ ਕੇ ਖਾਂਦੇ ਨੇ ਫਿਰ ਐ ਕੈਮ ਹੋ ਜਾਂਦੇ ਨੇ ਤੋਂ ਉਦਾਂ ਤਾਂ ਵਧੀਆ ਪਖੂਨ ਪਤਲਾ ਪਤਲਾ ਕਰ ਦਿਓ ਕੋਈ ਇਹਦਾ ਆਪਣੇ ਸਰੀਰ ਨੂੰ ਕੋਈ ਪਰੌਣੋਂ ਨਹੀਂ ਦਿੰਦੀ ਤੇ ਮੈਂ 2-3 ਕਵਾਰੀ ਮੁੰਡਾ ਇੱਥੇ ਹੁੰਦਾ ਬੈਲੀ ਬੋਲੀ ਸਾਲੇ ਚੈੱਕ ਚੁੱਕ ਵਾਣਕਣ ਕਰਾ ਦਿੰਨੇ ਤੁਹਾਨੂੰ ਦੇਖੋ ਤਾਂ ਸਹੀ ਮੈਂ ਕਹਾਂ ਚੈੱਕ ਚੁੱਕ ਕਰ ਲਓ ਕਿਹੜੀ ਅਸੀਂ ਲਾਉਣੀਆਂ ਮੈਂ ਤਾਂ ਉਦੋਂ ਗੱਡੀ 15-20 ਵੀ ਘੰਟੇ ਚਲਾ ਦਿੰਨਾ ਠੀਕ ਹੈ ਤੇ ਉਦਾਂ ਬੜੀ ਆ ਢਿੱਲ ਹੋਣੀ ਚਾਹੀਦੀ ਆ ਖੇਤੀ ਹੋਣੀ ਚਾਹੀਦੀ ਜਦੋਂ ਬਾਕੀ ਦੀਆਂ ਸਟ੍ਰੀਟਾਂ ਵਿੱਚ ਹੁੰਦੀ ਤਾਂ ਇੱਥੇ ਕਿਉਂ ਨਹੀਂ ਆਵਲੀ ਸਾਡੇ ਪੰਜਾਬ ਵਿੱਚ ਹਰਾਮ ਦੀ ਉਹ ਜਾਨਾ ਉਧਰ ਤਾਂ ਅੰਬਲੀ ਇਹ ਨਹੀਂਗਾ ਕੋਈ ਜੇ ਰਾਜਸਥਾਨ ਨੂੰ ਤਾਂ ਖਾਂਦੇ ਹੀ ਕੋਈ ਨਹੀਂ ਕਿ ਸਾਨੂੰ ਹੀ ਖੋਲਾਉਂਦੇ ਆ ਉਹ ਵੇ ਪੰਜਾਬੀਆਂ ਕੋਲ ਪੈਸੇ ਆ ਇਹਨਾਂ ਨੂੰ ਰਗੜਦੇ ਹੋ ਫੜ ਕੇ ਨਾ ਸਾਨੂੰ ਏਜੰਟ ਛੱਡਦੇ ਆ ਨਾ ਸਾਨੂੰ ਉਸ ਆਲੇ ਸਮਗਲ ਨੂੰ ਛੱਡਦੇ ਆ ਨਾ ਸਾਨੂੰ ਪੁਲਿਸ ਵਾਲੇ ਛੱਡਦੇ ਆ ਰਹਿੰਦੇ ਹੁੰਦੇ ਸਾਲੇ ਪਟਵਾਰੀ ਇਹ ਨਹੀਂ ਛੱਡਦੇ ਕੋ ਬਜੇ ਤਾਂ ਸਾਨੂੰ ਡਾਕਟਰ ਨੇ ਸਾਲੇ ਛੱਡਦੇ ਕੋ ਰਹਿ ਗਏ ਦਾ ਝਗੜਾ ਝਗੜਾ ਕਰਕੇ ਸਾਲੇ ਵਕੀਲ ਵੀ ਨਹੀਂ ਛੱਡਦੇ ਸਾਨੂੰ ਫੜਨੋਂ ਤਾਂ ਸਾਡੇ ਛੱਤਰੇ ਹੀ ਪੈਂਦੇ ਨੇ ਐਵੇਂ ਅਸੀਂ ਸੀਨਾ ਚੌੜਾ ਹੀ ਕਰਕੇ ਫਰਦਰ ਹੀ ਪੰਜਾਬੀ ਹੁੰਨੇ ਆ ਪੰਜਾਬੀ ਹੁੰਨੇ ਸੋ ਆ ਪੰਜਾਬੀ ਹੁੰਨੇ ਆ ਤੁਸੀਂ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤਹਿ ਦਿਲ ਤੋਂ ਧੰਨਵਾਦ ਕਰਦਾ ਆਪਣੇ ਸਬਸਕ੍ਰਾਈਬਰਾਂ ਦਾ ਤੇ ਖਾਸ ਕਰਕੇ ਮੈਂ ਧੰਨਵਾਦ ਕਰਦਾ ਆਪਣੇ ਪਿੰਡ ਪਾਸੜੇ ਦਾ। ਠੀਕ ਆ ਰੋੜਕੇ ਦੇ ਕੋਲ ਪਾਸੜਾ ਆ ਜਿੱਥੇ ਬਾਬਾ ਚੰਤਾ ਹੁੰਦਾ ਸੀ ਨਾਲੇ ਕਿਲੋਮੀਟਰ ਹੈ ਠੀਕ ਹੈ ਨਾ। ਉੱਥੇ ਆ ਤੇ ਕਿਉਂਕਿ ਬੰਦੇ ਕਹਿੰਦੇ ਨੇ ਤੁਸੀਂ ਆਪਣੇ ਪਿੰਡ ਦਾ ਧੰਨਵਾਦ ਨਹੀਂ ਕਰਦੇ ਅਸੀਂ ਤੁਹਾਡੇ ਕਟੜ ਫੈਨ ਉੱਥੇ ਜੰਮ ਜੁੰਮ ਜਾਂਦੇ ਰਹਿੰਦੇ ਨੇ। ਪੱਤੀ ਅਸ਼ੋਕ ਕਰਨ ਦੀ ਹਰ-ਹਰ ਦੇਲਾਂ ਦੇ ਨਾਲ ਉੱਥੇ ਜੰਮ ਜੁੰਮ ਚੱਕਦੇ ਉਹਨਾਂ ਦੇ ਵੀਡੀਓ ਦੇਖਦੇ ਰਹਿੰਦੇ ਨੇ। ਲੋਕਾਂ ਨੇ ਵੀ ਤੁਹਾਡਾ ਵੀਡੀਓ ਪਾਉਣੇ ਸਾਡਾ ਨਾਂ ਨਹੀਂ ਲੈਂਦੇ ਤੁਸੀਂ ਪਾਸੋੜੇ ਦਾ ਮੈਂ ਚਲੋ ਇਸ ਵੀਡੀਓ ਲੈ ਦੇਣਾ ਤੇ ਇਹਦੇ ਦਾ ਤੁਹਾਨੂੰ ਧੰਨਵਾਦ ਕਰਦਾ ਤੁਹਾਡਾ ਪੂਰੇ ਪਿੰਡ ਪਾਸੋੜੇ ਦਾ ਤੇ ਜਿੰਨੇ ਵੀਰੇ ਕਟੜ ਫੈਨ ਆ ਉਹਨਾਂ ਦਾ ਤੇ ਖਾਸ ਕਰਕੇ ਸਾਡੇ ਪਿੰਡ ਦਾ ਗੀਜਾ ਪਹਿਲਵਾਨ ਹੋਣਾ ਸੁਣਿਆ ਉਹਨਾਂ ਤੋਂ ਪਾਸੋੜੇ ਦਾ ਗੀਜਾ ਤੇ ਉਹ ਪਾਸੋੜੇ ਦਾ ਜਿਸਗਾ ਤੇ ਉਹਦਾ ਮੁੰਡਾ ਜਸਵੀਰ ਮੈਨਾ ਪੜਦਾ ਹੁੰਦਾ ਹੈ ਕਲਾਸ ਫੈਲੋ ਸੀ ਹੁਣ ਕੂਚ ਲੱਗਾ ਆ ਉਹਦਾ ਵੀ ਤਹਿਦਾ ਦਾ ਧੰਨਵਾਦ ਕਰਦਾ ਬਾਰੇ ਇਹਨਾਂ ਨੂੰ ਬੱਡ ਖਾਣੇ ਕਹਿੰਦੇ ਹੁੰਦੇ ਇਹਨਾਂ ਦੀ ਹਾਲ ਪਈ ਹੋਈ ਖਰ ਗੋਤ ਹੈ ਇਹਨਾਂ ਦਾ ਬੱਡ ਖਾਣਿਆਂ ਦਾ ਇਹਨਾਂ ਨੂੰ ਬੱਡ ਖਾਣੇ ਕਹਿੰਦੇ ਨੇ ਹੈ ਸ਼ਰੀਫ ਸੀ ਪਿੰਡ ਦੇ ਵਿੱਚ ਹੁੰਦੇ ਸਾਰੇ ਸ਼ਰੀਫ ਹੀ ਸੀ ਦੋ ਭਰਾ ਸੀ ਤੇ ਗੇਜਾ ਤੇ ਦੂਸਰਾ ਮੈਨੂੰ ਚਿੱਤ ਤੱਕ ਨਾ ਪਤਾ ਨਹੀਂ ਗਾ ਖਰ ਸੌਂਸ ਕਹਿੰਦੇ ਸੀ ਉਹਨੂੰ ਤੇ ਉਹਦਾ ਵੀ ਦੋ ਤਿੰਨ ਮੁੰਡੇ ਆ ਉੱਥੇ ਖੇਤੀਬਾੜੀ ਕਰਦੇ ਆ ਤੇ ਇਹ ਖੂ ਤੇ ਰਹਿੰਦੇ ਨੇ ਬੱਡ ਖਾਣੇ ਕਹਿੰਦੇ ਹੁੰਦੇ ਜਗ੍ਹਾ ਤੇ ਪਿੰਡ ਪੁੱਛਣਾ ਬਈ ਅਰੂਪੋ ਆ ਨੂੰ ਸੜਕ ਜਾਂਦੀ ਆ ਕਿੰਦਰੀ ਰਾਸਤਾ ਜਾਣਾ ਦਾ ਬੰਦੇ ਨੇ ਕਹਿੰਦੇ ਪਾਜੀ ਸਿੱਧੇ ਚੱਲੇ ਜਾ ਅੱਗੇ ਬਾਢ ਖਾਣੇ ਦਾ ਖੂਬ ਆਉਂਦਾ ਤੇ ਬੰਦਾ ਚੌਂਕ ਜਾਂਦਾ ਸੀ ਹੈ ਉਹ ਕਹਿੰਦੇ ਕੀ ਹੋਇਆ ਉਹ ਉਹ ਕਹਿੰਦਾ ਜਿਹੜਾ ਨਾ ਹੀ ਤੁਸੀਂ ਦੱਸਿਆ ਯਾਰ ਹੋਰ ਕੋਈ ਰਾਸਤਾ ਨਹੀਂ ਉਹ ਕਹਿੰਦਾ ਆ ਖੱਬੇ ਸੂਏ ਸੂਏ ਹੋ ਜਾ ਫੇਰ ਅੱਗੇ ਰੁੱਪੋ ਵਾਲਾ ਜਾਣਾ ਠੀਕ ਹੈ ਕਹਿੰਦੇ ਉਹ ਕਹਿੰਦਾ ਨਾ ਹੀ ਤੁਸੀਂ ਇਦਾਂ ਦੱਸਿਆ ਵੀ ਬਾਢ ਖਾਣੇ ਬੰਦੇ ਖਰਾ ਟੁੱਟ ਕੇ ਹੀ ਪੈ ਜਾਂਦੇ ਜੇ ਤੁਰੇ ਜਾਂਦੇ ਲੁੱਟੇ ਹੀ ਲੈਂਦੇ ਨੇ ਉਦ ਦਾ ਸ਼ਰੀਫ ਜੀ ਨਾ ਹੀ ਸੀ ਉਹਨਾਂ ਦਾ ਠੀਕ ਹੈ ਕਹਿੰਦੇ ਤੈਨੂੰ ਦਾ ਧੰਨਵਾਦ ਕਰਦਾ ਪੂਰੇ ਪਾਸਲੇ ਦਾ ਨਾਲ ਕੀ ਪੈਂਦਾ ਉਹਦਾ ਪਿੰਡ ਛੋਟਾ ਜਿਹਾ ਨਾਗਰਾ ਰੂਪੋਵਾਲ ਰੜਕੇ ਕਲਾਂ ਦਾ ਥੈਂਕ ਯੂ ਥੈਂਕ ਯੂ ਜੋ ਬਾਏ ਬਾਏ ਓਕੇ ਨੈਕਸਟ ਵੀਡੀਓ ਆਉਗੀ ਮੇਰੀ ਭਈਆ ਜਿੰਦਾਬਾਦ ਤੇ ਪੰਜਾਬ ਦੇ ਵਿੱਚ ਭਈਆਂ ਤੋਂ ਬੜੇ ਦੁਖੀ ਆ ਉਹਨਾਂ ਕਹਿੰਦੇ ਕੰਮ ਕਰਦੇ ਨੇ ਪਰ ਮੈਂ ਕਹਿੰਦਾ ਭਈਆ ਜਿੰਦਾਬਾਦ ਹੈ ਤੇ ਉਹ ਵੀਡੀਓ ਆਉਗੀ ਇੰਤਜ਼ਾਰ ਕਰਿਓ ਓਕੇ ਬਾਏ ਬਾਏ